इन्नी चावान नाल ब्याह कीता मेरे पुत्त दा, एक लैणी साडे घर कित्थों आ गई, सारा लुट के लै गई सानू, साडे घर वार नू किन्ने चावान नाल अपने पुत्त नू ब्याहिया सी मैं, धोखा दे गई, मेरा पुत्त उत्ते सड़कां ते रुलदा फिरदा, की करूंगी मैं, ऐ जे सपने आ गए साडे ਕੀ ਕੁਛ ਕਰ ਗਈ ਸਾਡੇ ਨਾਲ ਧੋਖਾ ਦੇ ਗਈ ਮੇਰੇ ਪੁੱਤ ਨੂੰ ਸੜਕਾਂ ਤੇ ਰੁਲ ਰਹੀ ਆ ਮੇਰੀ ਨੂੰਹ ਦਮਨਪ੍ਰੀਤ ਕੌਰ ਮੇਰਾ ਫੋਨ ਨਹੀਂ ਚੱਕ ਰਹੀ ਮੈਨੂੰ ਡੇਢ ਸਾਲ ਹੋ ਗਿਆ ਫੋਨ ਲਾਉਂਦੇ ਨੂੰ ਮੇਰਾ ਫੋਨ ਨਹੀਂ ਚੱਕ ਰਹੀ ਸਾਡਾ ਸਾਰਾ ਹੀ ਪਰਿਵਾਰ ਬਹੁਤ ਹੀ ਮੈਂਟਲੀ ਟੌਰਚ ਕਰਕੇ ਸਾਨੂੰ ਟੈਨਸ਼ਨ ਵਿੱਚ ਪਾ ਦਿੱਤਾ ਸਾਡਾ ਸਾਰਾ ਕੁਛ ਲੁੱਟ ਕੇ ਮੇਰੀ ਜ਼ਮੀਨ ਜਾਇਦਾਦ ਵੀ ਲੈ ਗਈ ਸਾਰਾ ਕੁਛ ਮੈਂ ਹੁਣ ਕਿਹੜੇ ਸਾਡਾ ਤਾਂ ਸਾਰਾ ਹੀ ਪਰਿਵਾਰ ਮੈਂਟਲੀ ਅਪਸੈਟ ਮੇਰੀ ਮਾਤਾ ਦੇ ਬ੍ਰੇਨ ਕਲੋਟ ਆਇਆ ਹੋਇਆ ਦਿਮਾਗ ਤੋਂ ਉਹਦੇ ਕਰਕੇ ਟੈਨਸ਼ਨ ਲੈ ਕੇ ਕਿ ਜੋ ਕੁਛ ਵੀ ਮੇਰੇ ਬੇਟੇ ਆਕਾਸ਼ਦੀਪ ਨੂੰ ਕੁਛ ਹੋ ਗਿਆ ਤਾਂ ਇਹਦੀ ਜ਼ਿੰਮੇਵਾਰ ਦਮਨਪ੍ਰੀਤ ਕੌਰ ਮੇਰੀ ਨੂੰਹ ਹੈ ਮੇਰਾ ਨਾਮ ਅਰਸ਼ਦੀਪ ਕੌਰ ਹੈ ਜੀ ਮੈਂ ਬਨਵਾਰੇ ਤੋਂ ਹਾਂ ਕੀ ਮਾਮਲਾ ਜੀ ਮਾਮਲਾ ਇਹੀ ਹੈ ਜੀ ਇਹ ਜਿਹੜੀ ਆਹ ਲੜਕੀ ਹੈ ਹਾਂਜੀ ਦਮਨਪ੍ਰੀਤ ਕੌਰ ਇਸ ਦੇ ਬੜੇ ਚਾਵਾਂ ਨਾਲ ਅਸੀਂ ਆਪਣੇ ਪੁੱਤ ਦਾ ਵਿਆਹ ਇਹਦੇ ਨਾਲ ਕੀਤਾ ਸੀ ਪਰ ਇਹ ਲੜਕੀ ਨੂੰ ਤੁਸੀਂ ਸਾਰੇ ਧਿਆਨ ਨਾਲ ਦੇਖ ਲਓ ਇਹ ਬ੍ਰਹਮਟਨ 'ਚ ਰਹਿੰਦੀ ਹੈ ਕੈਨੇਡਾ ਠੀਕ ਹੈ ਇਹ ਕਿਸੇ ਵੀ ਮੁੰਡੇ ਨੂੰ ਧੋਖਾ ਦੇ ਸਕਦੀ ਹੈ ਬਚੋ ਇਸ ਕੁੜੀ ਤੋਂ ਇਸ ਕੁੜੀ ਨੇ ਮੇਰੇ ਪੁੱਤ ਦਾ ਘਰ ਪੱਟਤਾ ਧੋਖਾ ਦੇ ਕੇ ਉਹਨੂੰ ਚਲੀ ਗਈ ਹੈ ਗੱਲਬਾਤ ਵਿਆਹ ਅਸੀਂ ਵਿਆਹ 2-3 ਸਾਲ ਪਹਿਲਾਂ ਬੜੇ ਚਾਵਾਂ ਨਾਲ ਇਹਦਾ ਕੀਤਾ ਸੀਗਾ ਬਹੁਤ ਚਾਅ ਲਾੜਨੇ ਦਾ ਵਿਆਹ ਕੀਤਾ ਸੀ ਹਰੇਕ ਚਾਅ ਲਾੜ ਮੈਂ ਇਸ ਲੜਕੀ ਦਾ ਪੂਰਾ ਕੀਤਾ ਔਰ ਮੈਂ ਇਹਨੂੰ ਆਪਣੀ ਕੁੜੀ ਬਣਾ ਕੇ ਰੱਖਿਆ ਕਿਉਂਕਿ ਮੇਰੇ ਘਰ ਕੁੜੀ ਨਹੀਂ ਸੀ ਮੈਂ ਆਪਣੀ ਮਤਲਬ ਕੁੜੀ ਬਣਾ ਕੇ ਇਹਨੂੰ ਲੈ ਕੇ ਆਈ ਸੀ ਪਰ ਇਹ ਇਸ ਦੇ ਕਾਬਲ ਨਹੀਂ ਮੈਂ ਹੁਣ ਇਹਨੂੰ ਆਪਣੀ ਨੂੰਹ ਨਹੀਂ ਕਹਿ ਸਕਦੀ ਨੂੰਹ ਨਹੀਂ ਹੈਗੀ ਇਹ ਬਹੁਤ ਮਤਲਬ ਕੁੜੀ ਜਿਵੇਂ ਆਪਾਂ ਕਹਿ ਦਈਏ ਬੇਈਮਾਨ ਧੋਖੇਬਾਜ਼ ਕੁੜੀ ਹੈ ਇਹ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਕੁੜੀ ਨਾਲ ਦੁਬਾਰਾ ਨਾ ਜੀ ਨਹੀਂ ਕੀਤੀ ਨਹੀਂ ਹੈ ਸੰਪਰਕ ਫਿਰ ਮੈਂ ਜਦੋਂ ਹੁਣ ਕਈ ਮੈਂ ਇਹਨੂੰ ਮਤਲਬ ਕਿ ਚੈਟਿੰਗ 'ਤੇ ਵੀ ਉਹ ਕਰਦੀ ਸੀ ਵਟਸਐਪ 'ਤੇ ਪਰ ਇਹ ਕੋਈ ਮੇਰਾ ਉਹ ਨਹੀਂ ਕਰਦੀ ਸੀ ਰਿਪਲਾਈ ਨਹੀਂ ਸੀ ਦਿੰਦੀ ਕੁਛ ਵੀ ਨਹੀਂ ਸੀ ਕਹਿੰਦੀ ਕੀ ਕਹਿੰਦੀ ਕਿਉਂ ਨਹੀਂ ਗੱਲਬਾਤ ਕਰ ਰਹੀ ਪਤਾ ਨਹੀਂ ਜੀ ਕਿਉਂ ਨਹੀਂ ਗੱਲਬਾਤ ਕਰ ਰਹੀ ਇਹਦੇ ਮਨ ਵਿੱਚ ਕੀ ਹੈ ਕੀ ਧੋਖਾ ਦੇਣੀ ਚਾਹੁੰਦੀ ਇਹ ਧੋਖਾ ਹੀ ਦਿੱਤਾ ਜਾਣੀ ਕਿ ਮੇਰਾ ਇਸ ਟਾਈਮ ਮਤਲਬ ਬੇਟਾ ਜਿਹੜਾ ਹੈ ਪੂਰਾ ਇਹਦੇ ਜਦੋਂ ਇਹਦੇ ਕੋਲ ਗਿਆ ਅਤੇ ਕੈਨੇਡਾ ਅਤੇ ਇਹਨੇ ਮਤਲਬ ਕਿ ਇਹਨੂੰ ਮੁੰਡੇ ਨੂੰ ਆਪਣੇ ਕੋਲ ਨਹੀਂ ਇਨਕਾਰ ਕਰਤਾ ਕਹਿੰਦੀ ਮੈਂ ਤੈਨੂੰ 911 'ਤੇ ਫੋਨ ਕਰਕੇ ਪੁਲਿਸ ਬੁਲਾ ਦੂੰਗੀ ਠੀਕ ਹੈ ਅਤੇ ਉਸ ਤੋਂ ਬਾਅਦ ਮੇਰਾ ਬੇਟਾ ਉੱਥੋਂ ਚਲਿਆ ਗਿਆ ਅਤੇ ਮੇਰੇ ਬੇਟੇ ਨੇ ਸਾਨੂੰ ਦੱਸਿਆ ਸਾਨੂੰ ਬਹੁਤ ਉਹ ਲੱਗਿਆ ਕਿਉਂਕਿ ਸਾਨੂੰ ਬਿਲਕੁਲ ਨਹੀਂ ਸੀ ਪਤਾ ਵੀ ਬਿਲਕੁਲ ਇਹਨੇ ਐਟ ਏ ਟਾਈਮ 'ਤੇ ਇਹੋ ਜਿਹਾ ਕੁਛ ਕਰਨਾ ਮੰਗ ਅਸੀਂ ਇਹੀ ਕਰਦੇ ਹਾਂ ਸਾਨੂੰ ਇਨਸਾਫ਼ ਮਿਲੇ ਠੀਕ ਹੈ ਹਾਂਜੀ ਇਹੀ ਬੇਨਤੀ ਹੈ ਬਸ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਕੁੜੀ ਤੋਂ ਬਚੋ ਬਸ ਇਹਨੂੰ ਧਿਆਨ ਨਾਲ ਦੇਖੋ ਇਹ ਬਹੁਤ ਧੋਖੇਬਾਜ਼ ਕੁੜੀ ਹੈ ਬਚੋ ਇਸ ਤੋਂ ਬੇਈਮਾਨ ਲੜਕੀ ਹੈ ਇਹ ਬਹੁਤ ਜ਼ਿਆਦਾ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਸਾਨੂੰ ਸਰਦਾਰ ਗੁਰਮੀਤ ਸਿੰਘ ਪਿੰਡ ਬਨਵਾਰਾ ਤਾਂ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਮੈਂ ਆਪਣੇ ਬੇਟੇ ਦੀ ਸ਼ਾਦੀ ਕੀਤੀ ਸੀ 24/1/2021 ਉਹ ਸ਼ਾਦੀ ਦੇ ਵਿੱਚ ਸਾਡਾ ਜੋ ਕੰਟੈਕਟ ਸੀ ਉਹਨਾਂ ਨਾਲ ਕੰਟੈਕਟ ਮੈਰਿਜ ਨਹੀਂ ਸੀ ਅਰੇਂਜ ਮੈਰਿਜ ਸੀਗੀ ਕੋਰਟ ਮੈਰਿਜ ਹੋਇਆ ਸਾਰਾ ਕੁਛ ਹੋਇਆ ਇੱਕ ਨੰਬਰ 'ਚ ਅਸੀਂ ਸਾਰਾ ਵਿਆਹ ਕੀਤਾ ਸਾਰੇ ਵਿਆਹ 'ਤੇ ਪੈਸੇ ਜੋ ਉਹਨੇ ਮੈਂ ਖਰਚ ਕੀਤੇ ਨੇ ਕੁੜੀ ਦਾ ਨਾਮ ਹੈਗਾ ਦਮਨਪ੍ਰੀਤ ਕੌਰ ਉਹਦੇ ਫਾਦਰ ਦਾ ਨਾਮ ਹੈਗਾ ਅਰੀਜੀਤ ਸਿੰਘ ਭਾਈਕਾ ਟ੍ਰੇਡਰ ਮਲੇਰਕੋਟਲਾ ਹਨੂੰਮਾਨ ਮੰਦਿਰ ਦੇ ਸਾਹਮਣੇ ਉਹਨੇ ਦੁਕਾਨ ਆ ਰੋਜ਼ ਐਵੀਨਿਊ ਦੇ ਵਿੱਚ ਉਹਨਾਂ ਦੇ ਮਕਾਨ ਹੈ ਅਤੇ ਹੁਣ ਕੀ ਗੱਲਬਾਤ ਤਾਂ ਸਾਡੀ ਇਹ ਹੀ ਹੈ ਵੀ ਕੁੜੀ ਸਾਤੇ ਅਸੀਂ ਸਾਰੀਆਂ ਫੀਸਾਂ ਭਰ ਕੇ ਤਕਰੀਬਨ 38 ਲੱਖ ਰੁਪਇਆ ਅਸੀਂ ਖਰਚ ਕਰਕੇ ਕੁੜੀ ਕੈਨੇਡਾ ਭੇਜੀ ਉਹ ਕੁੜੀ ਸਾਥੋਂ ਸਾਰੇ ਪੈਸੇ ਲਵਾ ਕੇ ਲਾਸਟ ਸਮੈਸਟਰ ਦੀ ਫੀਸ ਭਰਾ ਕੇ ਸਾਰਾ ਕੁਛ ਕਰਕੇ ਸਾਨੂੰ ਸਾਰੇ ਪਰਿਵਾਰ ਨੂੰ ਧੋਖਾ ਦੇ ਗਈ ਮੇਰੇ ਬੇਟੇ ਨੂੰ ਧੋਖਾ ਦੇ ਗਈ ਨੂੰਹ ਮੇਰੀ ਦਮਨਪ੍ਰੀਤ ਕੌਰ ਅਤੇ ਉਹ ਕੈਨੇਡਾ ਜਾ ਕੇ ਉਹਨੇ ਸਾਡੇ ਫੋਨ ਬਲੌਕ ਕਰਦੇ ਸਾਡਾ ਫੋਨ ਵੀ ਨਹੀਂ ਚੱਕਦੇ ਇਸ ਕਰਕੇ ਮੇਰੀ ਮਾਤਾ ਬਹੁਤ ਡਿਪਰੈਸ਼ਨ 'ਚ ਨੇ ਉਹਨਾਂ ਨੂੰ ਬ੍ਰੇਨ ਕਲੋਟ ਦੇ ਆ ਗਿਆ ਇਸ ਕਰਕੇ ਮੇਰੀ ਜਿਹੜੀ ਵਾਈਫ ਹੈ ਉਹ ਵੀ ਮੈਂਟਲੀ ਅਪਸੈਟ ਨੇ ਬੇਟਾ ਕਿੱਥੇ ਜੀ ਬੇਟਾ ਮੇਰਾ ਆਪਦਾ ਐਫਰਟ ਕਰਕੇ ਉਸ ਤੋਂ ਬਾਅਦ ਉਹ ਕੈਨੇਡਾ ਚਲਿਆ ਗਿਆ ਸੀਗਾ ਜੀ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਕਰਨ ਦੀ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਅਸੀਂ ਮੋਹਤਬਾਰ ਬੰਦੇ ਲੈ ਕੇ ਜੀ ਅਸੀਂ 3 ਵਾਰੀ ਗਏ ਹਾਂ ਪਹਿਲਾਂ ਪਹਿਲੀ ਵਾਰ ਗਏ ਅਸੀਂ ਉਹਨਾਂ ਦੀ ਦੁਕਾਨ 'ਤੇ ਗਏ ਸੀਗੇ ਸਰਦਾਰ ਅਰੀਜੀਤ ਸਿੰਘ ਕੋਲ
उन्होंने सानू विश्वास दवाया सीगा भी जो थोड़े पैसे लगे ने मैं थोड़े सारे मोड़ दांगा पर मैनू 15 दिन का टाइम दे दो। उस तो बाद जब असी 6 जने तकरीबन 6-7 जने असी फिर गए 15 दिनों बाद वह सानू कह लग गया भी मेरा ये विषय नाल कोई लैण देण नहीं, मैं ब्याह करना मैं ठगी लाउणी ती लाती जिहड़ा कुछ करना तुसीं कर लो ते ना मेरे कोल पैसा कुड़ी ते जिहड़ी कारवाई करनी कर लो। प्रशासन अधिकारियों नाल जी असी फिर मैं टेंशन चलिया गया सीगा 10 दिन मैं अपसैट रहा जी। फिर मैं उदों बाद 16/3/2023 नूं SSP साहब मलेरकोटला नूं दरखास्त दित्ती जी, ते उह दरखास्त दित्ती उदों बाद साडा जी उहनां ने DSP अमरगढ़ जी नूं मार करती सी। असीं तां इही मंग करदे आ वी जो जिहड़ा इह परचा होया अरिजीत सिंह ते दमनप्रीत कौर ते जिहड़ी उहदी माँ रणजीत कौर सभी जी ने नाल विच उहनां नूं ऐड कीता जावे, क्योंकि जो DSP हैडकुआटर साहब ने उहनां ते तिन्नां ते ही परचे की सिफारिश कीती सीगी। DSP हैडकुआटर मलेरकोटला जी असी पूरी प्रशासन तो मांग करते हैं। तीजा जिहड़ी रणजीत कौर सभी आ सारी गेम घुमाउण वाली वह है, सानू उन्होंने विश्वास लैके सारा कुछ करके सानू उन्होंने लुट लिया, मेरी सारी जमीन जायदाद बिक गई, ऑन रिकॉर्ड मेरे को प्रूफ रजिस्ट्रियां ने जी। तो हूँ असी उदू बाद जे मेरे बेटे उधर कुछ हुंदा जां मेरा बेटा कुछ करदा अक के तो वह सारा जिम्मेवार दमनप्रीत कौर उदी मदर रणजीत कौर सभी ते उदा बाप अरिजीत सिंह वो जिम्मेवार होंगे, क्योंकि उन्होंने सानू बिल्कुल कोऑपरेट नहीं किया। हूँ भी मैनू धमकियां दे रहे हैं जिहड़ा कुछ करना तू कर ले।